ਸਤਿ ਸ੍ਰੀ ਅਕਾਲ ਜੀ YouTube ਚੈਨਲ ਸਟੱਡੀ ਪੰਜਾਬ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਅੱਜ ਆਪਾਂ ਗੱਲ ਕਰਾਂਗੇ ਜੀ ਜਿਹੜੀ ਮਾਸਟਰ ਕੈਡਰ 41 ਕਾਡ ਦੀ ਜਿਹੜੀ ਭਰਤੀ ਹੈਗੀ ਉਹਦੇ ਵਿੱਚ ਜਿਹੜਾ ਕੋਰਟ ਕੇਸ ਲੱਗਿਆ ਹੋਇਆ ਹੈਗਾ ਠੀਕ ਹੈ ਜੀ ਸਭ ਤੋਂ ਪਹਿਲਾਂ ਆਪਾਂ ਸਾਰਿਆਂ ਨੂੰ ਦੱਸਣਾ ਚਾਹੁੰਦੇ ਹਾਂਗੇ ਕਿ ਮਾਸਟਰ ਕੈਡਰ 41 ਕਾਡ ਦੇ ਵਿੱਚ ਮੈਥ ਤੇ ਸਾਇੰਸ ਨੂੰ ਛੱਡ ਕੇ ਜਿਹੜੇ ਬਾਕੀ ਵਿਸ਼ੇ ਸੀਗੇ ਐਸਐਸਟੀ ਪੰਜਾਬੀ ਇੰਗਲਿਸ਼ ਤੇ ਹਿੰਦੀ ਇਹਨਾਂ ਨੂੰ ਸਟੇਸ਼ਨ ਚੁਆਇਸ ਦੇਣ ਤੋਂ ਬਾਅਦ ਆਰਡਰ ਮਿਲਣ ਤੋਂ ਬਾਅਦ ਸਕੂਲ ਜੁਆਇਨ ਕਰਵਾ ਦਿੱਤੇ ਗਏ ਨੇ ਪਰ ਮੈਥ ਤੇ ਸਾਇੰਸ ਵਾਲੇ ਕੈਂਡੀਡੇਟ ਹੁਣ ਤੱਕ ਘਰਾਂ ਦੇ ਵਿੱਚ ਬੈਠੇ ਨੇ ਕਿ ਉਹਨਾਂ ਨੂੰ ਹੁਣ ਤੱਕ ਸਟੇਸ਼ਨ ਚੁਆਇਸ ਹੀ ਨਹੀਂ ਦਿੱਤੀ ਗਈ ਤੇ ਉਹ ਵੇਟ ਕਰ ਰਹੇ ਨੇ ਜੀ ਦੀ ਵੀ ਸਾਨੂੰ ਕਦੋਂ ਸਟੇਸ਼ਨ ਚੁਆਇਸ ਮਿਲੇਗੀ ਤੇ ਕਦੋਂ ਸਾਨੂੰ ਸਕੂਲਾਂ ਦੇ ਵਿੱਚ ਜੁਆਇਨ ਕਰਵਾਇਆ ਜਾਊਗਾ ਠੀਕ ਹੈ ਜੀ ਜਿਹੜਾ ਕੇਸ ਲੱਗਿਆ ਹੋਇਆ ਹੈਗਾ ਇਹਦਾ ਡਾਇਰੀ ਨੰਬਰ ਕੀ ਹੈਗਾ ਡਬਲ 8 37690 ਤੇ ਇਹ ਕਦੋਂ ਰਜਿਸਟਰ ਹੋਇਆ ਸੀ ਮਤਲਬ ਰਜਿਸਟ੍ਰੇਸ਼ਨ ਡੇਟ ਕਿੰਨੀ ਛੇਦੀ 9 ਮਈ 2023 ਦੇਖੋ ਮਈ ਲੰਘ ਗਿਆ ਜੂਨ ਲੰਘ ਗਿਆ ਤੇ ਜੁਲਾਈ ਵੀ ਹੁਣ ਲੰਘਣ ਵਾਲਾ ਹੈ ਠੀਕ ਹੈ ਜੀ ਉਸ ਤੋਂ ਬਾਅਦ 21 21 ਤੋਂ ਬਾਅਦ 25 ਜੁਲਾਈ ਜੁਲਾਈ ਤੋਂ 25 ਤੋਂ ਬਾਅਦ ਇਹਨਾਂ ਨੇ 27 ਜੁਲਾਈ ਇਹਦੀ ਡੇਟ ਰੱਖੀ ਜਗੀ ਅੱਜ 27 ਜੁਲਾਈ ਨੂੰ 2 ਵਜੇ ਤੱਕ ਪਹਿਲਾਂ ਹੈਗਾ ਸੀਗਾ ਵੀ ਪ੍ਰੋਸੈਸ ਵੀ ਆਪਣੀ ਆਜੂ ਬਟ ਫਿਰ ਵੀ ਉਸ ਤੋਂ ਬਾਅਦ ਉਹਨਾਂ ਨੇ ਗੇਟ ক্লোਜ਼ ਕਰੇ ਤੇ ਅੱਜ ਫਿਰ ਵੀ ਕੋਈ ਸੁਣਵਾਈ ਨਹੀਂ ਹੋਈ ਕੁਝ ਵੀ ਨਹੀਂ ਹੋਇਆ ਜਸ ਸਿੱਧੀ ਡੇਟ ਪਾ ਦਿੱਤੀ ਐ ਕਿੰਨੀ ਹੋ ਗਈ ਜੀ 1 ਅਗਸਤ 2023 ਨੂੰ ਤੇ ਹੁਣ ਤੱਕ ਵੀ ਇਹ ਕੇਸ ਆਪਣਾ ਕੀ ਹੈਗਾ ਪੈਂਡਿੰਗ ਪਿਆਗਾ ਜੀ ਠੀਕ ਹੈ ਜੀ ਇੰਨੀ ਕੁ ਜਾਣਕਾਰੀ ਦੇਣੀ ਸੀ ਜੀ ਇਹ ਵੀਡੀਓ ਨੂੰ ਸਾਰਿਆਂ ਤੱਕ ਪਹੁੰਚਾਓ ਠੀਕ ਹੈ ਜੀ ਜੇ ਵੀਡੀਓ ਵਧੀਆ ਲੱਗੇ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਆਪਣੇ ਚੈਨਲ ਸਟੱਡੀ ਪੰਜਾਬ ਨੂੰ ਜਰੂਰ ਸਬਸਕ੍ਰਾਈਬ ਕਰੋ ਜੀ ਥੈਂਕ ਯੂ ਜੀ